3 ਸਤੰਬਰ ਸੰ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਾਸ ਖਬਰਾਂ। NDP ਨੇਤਾ ਜਗਮੀਤ ਸਿੰਘ ਦੇ ਭਰਾ ਨੇ ਵੀ ਕੀਤਾ ਨਸਲਵਾਦ ਦਾ ਸਾਹਮਣਾ। NDP ਵੱਲੋਂ ਆਪਣਾ ਚੋਣ ਐਲਾਨ ਜਾਰੀ। ਫੈਡਰਲ ਪਾਰਟੀ ਦੇ ਤਿੰਨਾਂ ਨੇਤਾਵਾਂ ਨੇ ਲੇਬਰ ਡੇ ਦੇ ਮੌਕੇ 'ਤੇ ਹੋਏ ਸਮਾਗਮ ਵਿੱਚ ਕੀਤੀ ਸ਼ਿਰਕਤ। ਹੁਣ ਖਬਰਾਂ ਦਾ ਵਿਸਥਾਰ। NDP ਦੇ ਨੇਤਾ ਜਗਮੀਤ ਸਿੰਘ ਦੇ ਭਰਾ ਨੇ ਵੀ ਨਸਲਵਾਦ ਦਾ ਸਾਹਮਣਾ ਕੀਤਾ ਹੈ। ਗੁਰਰਤਨ ਸਿੰਘ NDP ਦਾ ਓਨਟੈਰੀਓ ਤੋਂ MLA ਹੈ। ਗੁਰਰਤਨ ਸਿੰਘ ਨੂੰ ਸਟੀਵਨ ਗਾਰਵੀ ਨਾਂ ਦੇ ਵਿਅਕਤੀ ਨੇ ਅਵਾ ਤਵਾ ਬੋਲਿਆ ਹੈ। ਉਹ ਨੈਸ਼ਨਲ ਸਿਟੀਜ਼ਨਸ ਅਲਾਇੰਸ ਦਾ ਬਾਨੀ ਹੈ। ਇਹ ਇੱਕ ਸੱਜੇ ਪੱਖੀ ਗਰੁੱਪ ਹੈ ਜਿਹੜਾ ਇਮੀਗ੍ਰੈਂਟਾਂ ਨੂੰ ਨਫ਼ਰਤ ਕਰਦਾ ਹੈ ਅਤੇ ਮੁਸਲਮਾਨਾਂ ਦੇ ਖਿਲਾਫ਼ ਨਫ਼ਰਤ ਦਾ ਪ੍ਰਚਾਰ ਵੀ। ਸਟੀਵਨ ਗਾਰਵੀ ਨੇ ਗੁਰਰਤਨ ਸਿੰਘ ਨੂੰ ਮੁਸਲਮਾਨ ਸਮਝ ਕੇ ਉਸ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ। ਗੁਰਰਤਨ ਸਿੰਘ ਨੇ ਬੜੇ ਠਰੰਮੇ ਨਾਲ ਜਵਾਬ ਦਿੱਤਾ ਕਿ ਤੂੰ ਨਸਲਵਾਦ ਫੈਲਾ ਰਿਹਾ ਹੈ। ਜਗਮੀਤ ਸਿੰਘ ਨੇ ਇਸ ਗੱਲ ਲਈ ਆਪਣੇ ਭਰਾ ਦੀ ਤਾਰੀਫ ਕੀਤੀ ਹੈ। ਜਗਮੀਤ ਸਿੰਘ ਵੀ ਅਜਿਹੇ ਇੱਕ ਮਾਮਲੇ ਦਾ ਸਾਹਮਣਾ ਕਰ ਚੁੱਕੇ ਨੇ। ਇੱਕ ਗੋਰੀ ਔਰਤ ਨੇ ਉਹਨਾਂ ਨੂੰ ਮੁਸਲਮਾਨ ਸਮਝ ਕੇ ਉਹਨਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਵੇਖਣ ਵਾਲੀ ਗੱਲ ਇਹ ਹੈ ਕਿ ਦੋਨਾਂ ਭਰਾਵਾਂ ਨੇ ਇਸ ਗੱਲ 'ਤੇ ਜ਼ੋਰ ਦੇਣ ਦੀ ਥਾਂ ਕਿ ਉਹ ਸਿੱਖ ਨੇ ਅਤੇ ਮੁਸਲਮਾਨ ਨਹੀਂ ਅਤੇ ਮੁਸਲਮਾਨਾਂ ਤੋਂ ਪਾਸਾ ਵੱਟਣ ਦੀ ਥਾਂ 'ਤੇ ਉਲਟਾ ਨਸਲਵਾਦੀਆਂ ਨੂੰ ਠੋਕ ਕੇ ਜਵਾਬ ਦਿੱਤੇ ਨੇ। ਆਮ ਤੌਰ 'ਤੇ ਇਹ ਰੁਝਾਨ ਰਿਹਾ ਹੈ ਕਿ ਸਿੱਖ ਭਾਈਚਾਰੇ ਵੱਲੋਂ ਇਸ ਗੱਲ 'ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਅਸੀਂ ਮੁਸਲਮਾਨ ਨਹੀਂ ਹਾਂ, ਪਰੰਤੂ ਉਹਨਾਂ ਦੋਨਾਂ ਭਰਾਵਾਂ ਨੇ ਇੱਕ ਨਵੇਂ ਕਿਸਮ ਦੀ ਮਿਸਾਲ ਕਾਇਮ ਕੀਤੀ ਹੈ। NDP ਨੇ ਆਪਣਾ ਚੋਣ ਐਲਾਨ ਜਾਰੀ ਕਰ ਦਿੱਤਾ ਹੈ। NDP ਨੇ ਚੋਣ ਕੈਂਪੇਨ ਨੂੰ ਅੱਗੇ ਤੋਰਨ ਲਈ ਇਨਿਟ ਫੋਰ ਯੂ ਦਾ ਨਾਰਾ ਦਿੱਤਾ ਹੈ। ਇਸ ਨਾਰੇ ਤਹਿਤ NDP ਇਹ ਦੱਸਣਾ ਚਾਹੁੰਦੀ ਹੈ ਕਿ ਉਹ ਕਿਵੇਂ ਸੱਤਾਧਾਰੀ ਲਿਬਰਲ ਪਾਰਟੀ ਅਤੇ ਵਿਰੋਧੀ ਟੋਰੀ ਪਾਰਟੀ ਨਾਲੋਂ ਵੱਖਰੀ ਹੈ ਅਤੇ ਕਿਵੇਂ ਤੀਜਾ ਵਿਕਲਪ ਲੈ ਕੇ ਆਵੇਗੀ, ਅਤੇ ਉਹਨਾਂ ਵੱਲੋਂ ਆਪਣਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਚੇਤੇ ਰਹੇ 21 ਅਕਤੂਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਬਹੁਤ ਜਲਦ ਚੋਣਾਂ ਦੇ ਲਈ ਰਸਮੀ ਤੌਰ 'ਤੇ ਐਲਾਨ ਹੋ ਜਾਵੇਗਾ, ਜਿਸ ਤੋਂ ਪਿੱਛੋਂ ਰਸਮੀ ਤੌਰ 'ਤੇ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਵੱਖ ਵੱਖ ਪਾਰਟੀਆਂ ਵੱਲੋਂ ਆਪਣੀ ਕੈਂਪੇਨ ਅੱਗੇ ਤੋਰੀ ਜਾਵੇਗੀ। ਫੈਡਰਲ ਪਾਰਟੀ ਦੇ ਤਿੰਨਾਂ ਨੇਤਾਵਾਂ ਨੇ ਲੇਬਰ ਡੇ ਦੇ ਮੌਕੇ 'ਤੇ ਹੋਏ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਹੈ। ਹੈਮਿਲਟਨ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਲੇਬਰ ਡੇ ਦੇ ਸੰਬੰਧ ਵਿੱਚ ਸਮਾਗਮ ਰਚੇ ਗਏ ਸਨ। ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟੂਡੋ ਨੇ ਲੇਬਰ ਡੇ ਪਰੇਡ ਵਿੱਚ ਹਿੱਸਾ ਲਿਆ, ਜਦੋਂ ਕਿ NDP ਦੇ ਨੇਤਾ ਜਗਮੀਤ ਸਿੰਘ ਨੇ ਲੇਬਰ ਡੇ ਦੇ ਸੰਬੰਧ ਵਿੱਚ ਰੱਖੇ ਗਏ ਲੰਚ ਵਿੱਚ ਸ਼ਿਰਕਤ ਕੀਤੀ। ਉੱਥੇ ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਨੇ ਲੇਬਰ ਡੇ ਦੇ ਮੌਕੇ 'ਤੇ ਹੋਏ ਫੁੱਟਬਾਲ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਤਿੰਨਾਂ ਨੇਤਾਵਾਂ ਨੇ ਆਪਣੇ ਆਪਣੇ ਤੌਰ 'ਤੇ ਕੰਮਾਂ ਕਾਰਾਂ ਵਾਲੇ ਲੋਕਾਂ ਨੂੰ ਅਨੇਕਾਂ ਕਿਸਮ ਦੇ ਭਰੋਸੇ ਦਿੱਤੇ ਨੇ ਅਤੇ ਵਾਅਦਾ ਕੀਤਾ ਹੈ ਕਿ ਜੇਕਰ ਮੁੜ ਤੋਂ ਚੁਣੇ ਗਏ ਜਾਂ ਸੱਤਾ ਵਿੱਚ ਆਏ ਤਾਂ ਉਹਨਾਂ ਲਈ ਕੀ ਕਰਨਗੇ। ਲਾਪਤਾ ਅਤੇ ਕਤਲ ਹੋਈਆਂ ਮੂਲ ਵਾਸੀ ਔਰਤਾਂ ਬਾਰੇ ਰਿਪੋਰਟ ਨੂੰ ਲੈ ਕੇ ਨਵਾਂ ਵਿਵਾਦ ਛਿੜ ਪਿਆ ਹੈ। CBC ਦੀ ਰਿਪੋਰਟ ਮੁਤਾਬਕ ਇਸ ਰਿਪੋਰਟ ਵਿੱਚ ਅਨੇਕਾਂ ਕਿਸਮ ਦੀਆਂ ਤਰੁੱਟੀਆਂ ਨੇ। ਚੇਤੇ ਰਹੇ ਕੈਨੇਡਾ ਸਰਕਾਰ ਨੇ ਕੈਨੇਡਾ ਭਰ ਵਿੱਚੋਂ ਲਾਪਤਾ ਅਤੇ ਕਤਲ ਹੋਈਆਂ ਮੂਲ ਵਾਸੀ ਔਰਤਾਂ ਬਾਰੇ ਕੌਮੀ ਜਾਂਚ ਕਰਵਾਈ ਸੀ। ਜਾਂਚ ਰਿਪੋਰਟ ਪੂਰੀ ਹੋ ਚੁੱਕੀ ਹੈ, ਪਰੰਤੂ CBC ਦੀ ਰਿਪੋਰਟ ਮੁਤਾਬਕ ਇਸ ਜਾਂਚ ਦੀ ਰਿਪੋਰਟ ਵਿੱਚ ਤੱਥਾਂ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਅਤੇ ਕਈ ਥਾਵਾਂ 'ਤੇ ਤੱਥਾਂ ਨੂੰ ਵਧਾ ਚੜਾ ਕੇ ਵੀ ਪੇਸ਼ ਕੀਤਾ ਗਿਆ ਹੈ, ਜਿਸ ਕਾਰਨ ਰਿਪੋਰਟ ਵਾਦਾਂ ਵਿੱਚ ਘਿਰ ਗਈ ਸੀ। ਪਰੰਤੂ CBC ਦੀ ਇਸ ਰਿਪੋਰਟ ਦਾ ਨੋਟਿਸ ਲੈਂਦਿਆਂ ਹੀ ਇਸ ਰਿਪੋਰਟ ਵਿੱਚ ਤੁਰੰਤ ਸੋਧ ਕੀਤੀ ਗਈ ਹੈ ਅਤੇ ਉਸਦੇ ਆਨਲਾਈਨ ਐਡੀਸ਼ਨ ਦੇ ਵਿੱਚ ਵੱਡੀਆਂ ਸੋਧਾਂ ਕਰ ਦਿੱਤੀਆਂ ਗਈਆਂ ਨੇ। ਚੇਤੇ ਰਹੇ ਕੈਨੇਡਾ ਭਰ 'ਚੋਂ ਹਜ਼ਾਰਾਂ ਦੀ ਤਾਦਾਦ ਵਿੱਚ ਮੂਲ ਵਾਸੀ ਔਰਤਾਂ ਲਾਪਤਾ ਦੇ ਕਤਲ ਕੀਤੀਆਂ ਜਾ ਚੁੱਕੀਆਂ ਨੇ। ਪਿਛਲੀ ਟੋਰੀ ਸਰਕਾਰ ਇਸ ਮਾਮਲੇ ਵਿੱਚ ਕੌਮੀ ਜਾਂਚ ਕਰਵਾਉਣ ਤੋਂ ਆਨਾਕਾਨੀ ਕਰਦੀ ਆ ਰਹੀ ਸੀ, ਪਰੰਤੂ ਜਸਟਿਨ ਟੂਡੋ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਇਸ ਦੀ ਜਾਂਚ ਕਰਵਾ ਦਿੱਤੀ ਸੀ। ਬਾਵਜੂਦ ਇਸ ਦੇ ਜਾਂਚ ਰਿਪੋਰਟ ਵਿੱਚ ਅਨੇਕਾਂ ਕਿਸਮ ਦੀਆਂ ਕਮੀਆਂ ਨੂੰ ਲੈ ਕੇ ਚਰਚਾ ਲਗਾਤਾਰ ਜਾਰੀ ਹੈ। ਯੈਲੋ ਨਾਈਫ ਇਲਾਕੇ ਵਿੱਚ ਮੁਸਲਮਾਨ ਭਾਈਚਾਰੇ ਨੇ ਮੂਲ ਵਾਸੀ ਬੱਚਿਆਂ ਦੇ ਲਈ 150 ਬੈਕਪੈਕ ਦਾ ਬੰਦੋਬਸਤ ਕੀਤਾ ਹੈ। ਚੇਤੇ ਰਹੇ ਅੱਜ ਤੋਂ ਸਕੂਲ ਖੁੱਲ੍ਹ ਰਹੇ ਨੇ ਅਤੇ ਯੈਲੋ ਨਾਈਫ ਦੇ ਵਿੱਚ ਮੁਸਲਮਾਨ ਭਾਈਚਾਰੇ ਨੇ ਮੂਲ ਵਾਸੀਆਂ ਨਾਲ ਇਕਮੁੱਠਤਾ ਜ਼ਾਹਰ ਕਰਦਿਆਂ ਲੋੜਵੰਦ ਮੂਲ ਵਾਸੀ ਬੱਚਿਆਂ ਦੀ ਖਾਤਰ ਇਹਨਾਂ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਨਾ ਸਿਰਫ ਇਹਨਾਂ ਬੱਚਿਆਂ ਨੂੰ 150 ਬਸਤੇ ਵੰਡੇ ਜਾ ਰਹੇ ਨੇ, ਸਗੋਂ ਇਹਨਾਂ ਬੱਸਿਆਂ ਦੇ ਵਿੱਚ ਸਕੂਲ ਸਪਲਾਈਆਂ ਵੀ ਨੇ। ਬਕਾਇਦਾ ਇਸ ਨਾਲ ਨਡੀਲੋ ਅਤੇ ਡੇਟਾ ਮੂਲ ਵਾਸੀ ਕਬੀਲਿਆਂ ਨੂੰ ਫਾਇਦਾ ਹੋਵੇਗਾ, ਜਿੱਥੇ ਆਮਦਨ ਦੀ ਘਾਟ ਅਤੇ ਗੁਰਬਤ ਕਰਕੇ ਅਨੇਕਾਂ ਵਾਰ ਬੱਚੇ ਸਕੂਲਾਂ ਵਿੱਚ ਜਾ ਕੇ ਪੜ੍ਹਨ ਤੋਂ ਮਹਿਰੂਮ ਰਹਿ ਜਾਂਦੇ ਨੇ, ਅਤੇ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਖਾਤਰ ਮੁਸਲਮਾਨ ਭਾਈਚਾਰਾ ਅੱਗੇ ਆਇਆ ਹੈ ਅਤੇ ਉਸਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਫਰੇਜ਼ਰ ਵੈਲੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦੀ ਮੂਲ ਵਾਸੀਆਂ ਦੇ ਇਤਿਹਾਸ ਬਾਰੇ ਕਿਤਾਬ ਚੀਨ ਅਤੇ ਕੈਨੇਡਾ ਦੇ ਵਿਗੜ ਰਹੇ ਸੰਬੰਧਾਂ ਕਾਰਨ ਖਟਾਈ 'ਚ ਪੈ ਗਈ ਹੈ।
ਕੀਥ ਥੌਰ ਕਾਰਲਸਨ ਨੇ ਕੁਝ ਕਿਤਾਬਾਂ ਲਿਖੀਆਂ ਸਨ ਜਿਸ ਵਿੱਚ ਬੀਸੀ ਦੇ ਮੂਲ ਵਾਸੀ ਭਾਈਚਾਰੇ ਦਾ ਇਤਿਹਾਸ ਦਰਜ ਸੀ ਅਤੇ ਇਹਨਾਂ ਕਿਤਾਬਾਂ ਦੇ ਚੀਨੀ ਵਿੱਚ ਅਨੁਵਾਦ ਹੋਣੇ ਸਨ ਅਤੇ ਅਨੁਵਾਦਿਤ ਪੁਸਤਕਾਂ ਚੀਨ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈਆਂ ਜਾਣੀਆਂ ਸਨ। ਪਰੰਤੂ ਚੀਨ ਦੇ ਪ੍ਰਕਾਸ਼ਕ ਹੁਣ ਪਿੱਛੇ ਹਟ ਗਏ ਨੇ ਜਿਸ ਕਾਰਨ ਇਹ ਪ੍ਰੋਜੈਕਟ ਖਟਾਈ ਵਿੱਚ ਪੈ ਗਿਆ ਹੈ। ਜਾਪਦਾ ਹੈ ਕਿ ਪ੍ਰੋਜੈਕਟ ਚੀਨ ਅਤੇ ਕੈਨੇਡਾ ਦੇ ਸੰਬੰਧਾਂ ਦੇ ਵਿਗੜਨ ਕਾਰਨ ਇਸ ਵਾਦ ਵਿਵਾਦ ਦੀ ਭੇਟ ਚੜ ਗਿਆ ਹੈ। ਚੇਤੇ ਰਹੇ ਚੀਨ ਅਤੇ ਕੈਨੇਡਾ ਦੇ ਸੰਬੰਧ ਲਗਾਤਾਰ ਵਿਗੜਦੇ ਜਾ ਰਹੇ ਨੇ। ਪਿੱਛੇ ਜੇ ਕੈਨੇਡਾ ਨੇ ਚੀਨ ਦੀ ਇੱਕ ਤਕਨੀਕੀ ਕੰਪਨੀ ਦੀ CFO ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਪਿੱਛੋਂ ਚੀਨ ਸਰਕਾਰ ਨੇ ਪਲਟਵਾਰ ਕਰਦਿਆਂ ਕੈਨੇਡਾ ਦੇ ਕੁਝ ਲੋਕਾਂ ਨੂੰ ਜੇਲ੍ਹਾਂ 'ਚ ਤਾੜ ਦਿੱਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਚੀਨ ਅਤੇ ਕੈਨੇਡਾ ਵਿਚਾਲੇ ਖਿੱਚੋਤਾਣ ਲਗਾਤਾਰ ਜਾਰੀ ਹੈ ਅਤੇ ਹੁਣ ਕੀਥ ਥੌਰ ਕਾਰਲਸਨ ਵੀ ਇਸ ਵਾਦ ਵਿਵਾਦ ਦੀ ਭੇਟ ਦੀ ਕਿਤਾਬ ਵੀ ਇਸ ਵਾਦ ਵਿਵਾਦ ਦੀ ਭੇਟ ਚੜ ਗਈ ਹੈ। ਕੈਲਗਰੀ ਵਿੱਚ ਪਾਕਿਸਤਾਨੀ ਮੂਲ ਦੀ ਅਨੀਲਾ ਅਜ਼ੀਮ ਨਾਂ ਦੀ ਇੱਕ ਔਰਤ ਨੇ ਲੋੜਵੰਦ ਔਰਤਾਂ ਦੇ ਬੱਚਿਆਂ ਦੇ ਲਈ ਨਵੇਂ ਆਸਰੇ ਦਾ ਪ੍ਰਬੰਧ ਕੀਤਾ ਹੈ। ਇਹ ਆਸਰਾ ਪ੍ਰਵਾਸੀ ਔਰਤਾਂ ਦੇ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਪ੍ਰੋਜੈਕਟ ਉੱਪਰ ਲਗਭਗ 3 ਸਾਲ ਲੱਗੇ ਸਨ। ਇਸ ਪ੍ਰੋਜੈਕਟ ਦੇ ਤਹਿਤ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਅਤੇ ਬੱਚਿਆਂ ਨੂੰ ਇਸ ਆਸਰੇ ਵਿੱਚ ਸ਼ਰਨ ਦਿੱਤੀ ਜਾਵੇਗੀ ਅਤੇ ਇਹ ਆਸਰਾ ਉਹਨਾਂ ਦੀਆਂ ਸੱਭਿਆਚਾਰਕ, ਧਾਰਮਿਕ ਅਤੇ ਹੋਰ ਤਰ੍ਹਾਂ ਦੀਆਂ ਲੋੜਾਂ ਦਾ ਖਾਸ ਧਿਆਨ ਰੱਖੇਗਾ ਅਤੇ ਉਹ ਆਪਣੀ ਮਾਂ ਬੋਲੀ ਵਿੱਚ ਵੀ ਇੱਥੇ ਸੇਵਾਵਾਂ ਲੈ ਸਕਣਗੇ। BC ਦੀ ਸਰਕਾਰ ਨੇ ਕਿਹਾ ਕਿ ਭਵਿੱਖ ਦੇ ਵਿੱਚ ਘਰੇਲੂ ਅਤੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਪੇਡ ਲੀਵ ਲੈ ਸਕਣਗੀਆਂ। BC ਫੈਡਰੇਸ਼ਨ ਆਫ ਲੇਬਰ ਦਾ ਕਹਿਣਾ ਹੈ ਕਿ ਕਾਨੂੰਨ ਅਜਿਹੀਆਂ ਔਰਤਾਂ ਨੂੰ ਕੋਈ ਵੀ ਨੌਕਰੀ ਤੋਂ ਫਾਇਰ ਨਹੀਂ ਕਰ ਸਕਦਾ, ਪਰੰਤੂ BC ਦੇ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਬਣਿਆ ਜਿਸ ਦੇ ਤਹਿਤ ਇਹਨਾਂ ਔਰਤਾਂ ਨੂੰ ਇਸ ਤਰ੍ਹਾਂ ਦੀ ਇਮਦਾਦ ਮਿਲ ਸਕੇ ਅਤੇ ਇਸ ਲਈ BC ਸਰਕਾਰ ਨੇ ਐਲਾਨ ਕੀਤਾ ਕਿ ਬਹੁਤ ਜਲਦ ਅਜਿਹਾ ਕਾਨੂੰਨ ਲਿਆ ਜਾਵੇਗਾ ਜਿਸ ਦੇ ਤਹਿਤ ਕਾਮੁਕ ਅਤੇ ਸਰੀਰਕ ਹਮਲਿਆਂ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਪੇਡ ਲੀਵ ਲੈ ਸਕਣਗੀਆਂ। ਇਹ ਔਰਤਾਂ 10 ਦਿਨ ਤੋਂ ਲੈ ਕੇ 15 ਹਫ਼ਤਿਆਂ ਤੱਕ ਛੁੱਟੀ ਲੈ ਸਕਣਗੀਆਂ ਅਤੇ ਨਾ ਹੀ ਇਹਨਾਂ ਨੂੰ ਕੋਈ ਫਾਇਰ ਕਰੇਗਾ ਅਤੇ ਨਾ ਹੀ ਇਹਨਾਂ ਦੀ ਤਨਖਾਹ ਖੋਣ ਦੀ ਕੋਸ਼ਿਸ਼ ਕਰ ਸਕੇਗਾ ਅਤੇ ਇਸ ਨਾਲ ਅਜਿਹੀਆਂ ਔਰਤਾਂ ਨੂੰ ਵੱਡੀ ਰਾਹਤ ਮਿਲੇਗੀ। BC ਦੀ ਸਰਕਾਰ ਨੇ ਬਾਕਾਇਦਾ ਇਸ ਕਾਨੂੰਨ ਨੂੰ ਲਿਆਉਣ ਦੀ ਖਾਤਰ ਜਨਤਾ ਨਾਲ ਮਸ਼ਵਰਾ ਵੀ ਸ਼ੁਰੂ ਕਰ ਦਿੱਤਾ ਹੈ। ਲਿਬਰਲ ਪਾਰਟੀ ਦੇ ਇੱਕ MP ਰਮੇਸ਼ ਸੰਘਾ ਦੇ ਖਾਲਿਸਤਾਨੀਆਂ ਬਾਰੇ ਬਿਆਨ ਨੇ ਵਾਦ ਵਿਵਾਦ ਛੇੜ ਦਿੱਤਾ ਹੈ। ਰਮੇਸ਼ ਸੰਘਾ ਲਿਬਰਲ ਪਾਰਟੀ ਦੇ MP ਨੇ, ਉਹਨਾਂ ਨੇ ਆਪਣੀ ਹੀ ਪਾਰਟੀ ਦੇ ਕੁਝ ਸਾਂਸਦਾਂ ਨੂੰ ਇਹ ਕਹਿ ਕੇ ਭੰਡਿਆ ਹੈ ਕਿ ਉਹ ਖਾਲਿਸਤਾਨੀਆਂ ਦੀ ਪੁਸ਼ਤ ਪਨਾਹੀ ਕਰਦੇ ਨੇ। ਦਰਅਸਲ ਉਹ ਇੱਕ ਪੰਜਾਬੀ TV ਚੈਨਲ ਨਾਲ ਗੱਲ ਕਰ ਰਹੇ ਸਨ ਜਿਸ ਦੌਰਾਨ ਉਹਨਾਂ ਨੇ ਇਹ ਗੱਲ ਆਖੀ ਹੈ। ਇਸ ਤੋਂ ਲੈ ਕੇ ਵਾਦ ਵਿਵਾਦ ਛਿੜ ਪਿਆ ਹੈ। ਰਮੇਸ਼ ਸੰਘਾ ਦਾ ਕਹਿਣਾ ਹੈ ਕਿ ਇਹ ਲੋਕ ਖਾਲਿਸਤਾਨੀਆਂ ਦੀ ਪੁਸ਼ਤ ਪਨਾਹੀ ਕਰਦੇ ਨੇ ਜਿਸ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਬਦਨਾਮ ਹੋਏ ਨੇ। ਅੰਤ ਵਿੱਚ ਤਬਸਰਾ। ਲਿਬਰਲ MP ਰਮੇਸ਼ ਸੰਘਾ ਦੀ ਖਾਲਿਸਤਾਨੀਆਂ ਬਾਰੇ ਟਿੱਪਣੀ ਬਿਲਕੁਲ ਗੈਰ ਵਾਜਿਬ ਸੀ। ਇਹ ਸੱਚ ਹੈ ਕਿ ਖਾਲਿਸਤਾਨੀ ਕੈਨੇਡਾ ਵਿੱਚ ਸਰਗਰਮ ਨੇ ਅਤੇ ਇਹ ਵੀ ਸੱਚ ਹੈ ਕਿ ਖਾਲਿਸਤਾਨੀਆਂ ਦੇ ਅਨੇਕਾਂ ਪਾਰਟੀਆਂ ਦੇ ਨੇਤਾਵਾਂ ਨਾਲ ਗੂੜੇ ਸੰਬੰਧ ਵੀ ਨੇ, ਪਰ ਰਮੇਸ਼ ਸੰਘਾ ਦੀ ਇਹ ਟਿੱਪਣੀ ਬਿਲਕੁਲ ਬੇਮੌਸਮੀ ਅਤੇ ਗੈਰ ਵਾਜਿਬ ਸੀ। ਇਸ ਸਮੇਂ ਜਦੋਂ ਖਾਲਿਸਤਾਨ ਦੀ ਮੁਹਿੰਮ ਪੰਜਾਬ ਵਿੱਚ ਦਮ ਨਹੀਂ ਰੱਖਦੀ ਤਾਂ ਅਜਿਹੇ ਮੌਕੇ 'ਤੇ ਇਸ ਬਿਆਨ ਦਾ ਕੀ ਅਰਥ ਹੈ? ਇਸ ਬਿਆਨ ਦਾ ਇੱਕੋ ਹੀ ਅਰਥ ਹੈ ਕਿ ਕਿਵੇਂ ਨਾ ਕਿਵੇਂ ਭਾਰਤ ਦੀ ਮੋਦੀ ਸਰਕਾਰ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਦਰਅਸਲ ਭਾਰਤ ਦੀਆਂ ਏਜੰਸੀਆਂ ਲਗਾਤਾਰ ਇਹ ਕਹਿੰਦੀਆਂ ਆ ਰਹੀਆਂ ਨੇ ਕਿ ਕੈਨੇਡਾ ਦੇ ਵਿੱਚ ਖਾਲਿਸਤਾਨੀ ਦੀ ਪੁਸ਼ਤ ਪਨਾਹੀ ਕੀਤੀ ਜਾਂਦੀ ਹੈ। ਭਾਰਤ ਏਜੰਸੀਆਂ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਖਾਲਿਸਤਾਨੀ ਨੂੰ ਸ਼ਰਨ ਦਿੰਦੀ ਆ ਰਹੀ ਹੈ। ਇਸ ਗੱਲ ਨੂੰ ਲੈ ਕੇ ਨਾ ਸਿਰਫ ਮੋਦੀ ਸਰਕਾਰ ਸਗੋਂ ਪੰਜਾਬ ਦੀ ਕੈਪਟਨ ਸਰਕਾਰ ਵੀ ਕੈਨੇਡਾ ਸਰਕਾਰ ਦੇ ਖਿਲਾਫ਼ ਅਨੇਕਾਂ ਵਾਰ ਬਿਆਨਬਾਜ਼ੀਆਂ ਕਰ ਚੁੱਕੀਆਂ ਨੇ ਅਤੇ ਭਾਰਤੀ ਏਜੰਸੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡਾ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਵੇ ਕਿ ਇੱਥੇ ਖਾਲਿਸਤਾਨੀ ਦੰਦ ਰਾਉਂਦੇ ਫਿਰਦੇ ਨੇ। ਅਤੇ ਰਮੇਸ਼ ਸੰਘਾ ਦੀ ਇਹ ਟਿੱਪਣੀ ਉਸੇ ਗੱਲ ਨੂੰ ਪੱਠੇ ਪਾਉਂਦੀ ਹੈ। ਹਾਲਾਂਕਿ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਭਾਰਤ ਵਿੱਚ ਹਿੰਦੁੱਤਵੀ ਦਹਿਸ਼ਤਵਾਦ ਦਾ ਖਤਰਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਘੱਟ ਗਿਣਤੀ ਦੇ ਹਮਲੇ ਬਹੁਤ ਜ਼ਿਆਦਾ ਤਿੱਖੇ ਹੋਏ ਨੇ। ਇੱਥੋਂ ਤੱਕ ਕਿ ਉੱਥੋਂ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਹਿੰਦੁੱਤਵੀ ਦਹਿਸ਼ਤਗਰਦਾਂ ਨੂੰ ਸ਼ਰਨ ਦਿੰਦੀ ਹੈ ਅਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਦੀ ਹੈ। ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਧਵੀ ਪ੍ਰਗਿਆ ਵਰਗੀ ਉਸ ਔਰਤ ਦੀ ਵੀ ਦੇ ਵੀ ਹੱਕ 'ਚ ਬਿਆਨ ਦਿੰਦੇ ਨੇ ਜਿਹੜੀ ਮਾਲੇਗਾਓਂ ਦੇ ਬੰਬ ਧਮਾਕਿਆਂ ਵਿੱਚ ਸ਼ਾਮਲ ਸੀ। ਅਜਿਹੇ ਮੌਕੇ 'ਤੇ ਭਾਰਤ ਸਰਕਾਰ ਦੇ ਉੱਤੇ ਉਂਗਲ ਚੁੱਕਣ ਨਾਲੋਂ ਜਾਂ ਉਸਦੀ ਤਿੱਖੀ ਆਲੋਚਨਾ ਕਰਨ ਦੀ ਬਜਾਏ ਖਾਲਿਸਤਾਨੀਆਂ ਦਾ ਮੁੱਦਾ ਚੁੱਕ ਕੇ ਸਿਰਫ਼ ਭਾਰਤੀ ਹੁਕਮਰਾਨਾਂ ਦੀ ਬੇਲੋੜੀ ਸੇਵਾ ਕੀਤੀ ਜਾ ਰਹੀ ਹੈ। ਇਸ ਗੱਲ 'ਤੇ ਵੀ ਗੌਰ ਕਰਨਾ ਚਾਹੀਦਾ ਹੈ ਕਿ ਭਾਰਤ ਵਿੱਚ ਸਰਗਰਮ ਹਿੰਦੁੱਤਵੀ ਜਥੇਬੰਦੀਆਂ ਨੂੰ ਕੈਨੇਡਾ ਅਤੇ ਅਮਰੀਕਾ ਤੋਂ ਵੀ ਇਮਦਾਦ ਜਾਂਦੀ ਰਹੀ ਹੈ ਅਤੇ ਖਾਸ ਤੌਰ 'ਤੇ ਅਮਰੀਕਾ ਵਿੱਚ ਅਜਿਹੀ ਜਥੇਬੰਦੀਆਂ ਨੂੰ ਖੁੱਲ੍ਹ ਕੇ ਇਮਦਾਦ ਦਿੱਤੀ ਜਾਂਦੀ ਹੈ ਜਦੋਂ ਕਿ
BC ਦੇ ਵਿੱਚੋਂ ਵੀ ਰਾਮ ਮੰਦਰ ਸਮੇਂ ਸੋਨੇ ਦੀਆਂ ਇੱਟਾਂ ਬਣਾ ਕੇ ਭੇਜੀਆਂ ਗਈਆਂ ਸਨ ਅਤੇ ਵਿਵਾਦਗ੍ਰਸਤ RSS ਆਗੂਆਂ ਨੂੰ ਇੱਥੇ ਸੱਦ ਕੇ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਇਹਨਾਂ ਗੱਲਾਂ ਤੋਂ ਪਾਸਾ ਵੱਟ ਕੇ ਸਿਰਫ ਖਾਲਿਸਤਾਨੀਆਂ 'ਤੇ ਨਜ਼ਰਾਂ ਝਾੜਨਾ ਸਿਰਫ ਅਤੇ ਸਿਰਫ ਭਾਰਤ ਸਰਕਾਰ ਦੀ ਏਜੰਸੀਆਂ ਦੀ ਸੇਵਾ ਕਰਨਾ ਹੈ। ਇਸ ਦੇ ਬਾਰੇ ਲੋਕਾਂ ਨੂੰ ਗੌਰ ਕਰਨਾ ਚਾਹੀਦਾ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।